ਦਰਸ਼ਕੋ ਹੁਣੇ ਹੁਣੇ ਖਬਰ ਆਈ ਹੈਗੀ ਆ ਕਰਤਾਰਪੁਰ ਕੋਰੀਡੋਰ ਵਿਜ਼ਿਟ ਕਰਨ ਲਈ ਨੋ ਵੀਜ਼ਾ ਬਟ ਪਾਸਪੋਰਟ ਮਸਟ ਟੂ ਵਿਜ਼ਿਟ ਕਰਤਾਰਪੁਰ ਵਾਇਆ ਕਰਤਾਰਪੁਰ ਕੋਰੀਡੋਰ। ਸੋ ਭਾਰਤ ਸਰਕਾਰ ਨੇ ਇਹ ਫੈਸਲਾ ਕੀਤਾ ਹੈਗਾ, ਜਿਹਨੇ ਵੀ ਜਾਣਾ ਹੈਗਾ ਵੀਜ਼ਾ ਤਾਂ ਆਲਰੇਡੀ ਪਾਕਿਸਤਾਨ ਸਰਕਾਰ ਨੇ ਪਹਿਲਾਂ ਐਗਰੀ ਕੀਤਾ ਹੀ ਹੈ, ਵੀਜ਼ੇ ਦੀ ਲੋੜ ਨਹੀਂ ਹੈਗੀ, ਅਤੇ ਆਈਡੈਂਟੀਫਿਕੇਸ਼ਨ ਵਾਸਤੇ ਪਾਸਪੋਰਟ ਮਸਟ ਕੀਤਾ ਹੈਗਾ। ਜਿਹਨੇ ਵੀ ਕੋਰੀਡੋਰ ਰਾਹੀਂ ਜਿਹੜਾ ਹੈਗਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਹੈਗਾ। ਪਰ ਇੱਕ ਇਹਦੇ ਵਿੱਚ ਹੋਰ ਕਲੈਰੀਫਿਕੇਸ਼ਨ ਆਈ ਹੈਗੀ ਆ, ਪਾਕਿਸਤਾਨ ਅਧਿਕਾਰੀਆਂ ਨੇ ਕਲੀਅਰ ਕੀਤਾ ਹੈਗਾ ਵੀ ਜਿਹੜਾ ਪਾਸਪੋਰਟ 'ਤੇ ਉੱਥੇ ਐਂਟਰੀ ਨਹੀਂ ਹੋਏਗੀ, ਮਤਲਬ ਵੀ ਉਹਨਾਂ ਨੇ ਕਿਉਂਕਿ ਦੈਟ ਵੁੱਡ ਬੀ ਐਂਟਰੀ ਫਰੀ ਪਾਸਪੋਰਟ, ਨਹੀਂ ਤਾਂ ਬਹੁਤ ਸਾਰੇ ਜਿਹੜੇ ਪੰਜਾਬ ਵਿੱਚ ਜਾਂ ਇੰਡੀਆ ਵਾਲੇ ਬੰਦਿਆਂ ਵਿੱਚ ਇੱਕ ਗੱਲੋਂ ਡਰਦੇ ਹੈਗੇ ਵੀ ਜੇ ਸਾਡੇ 'ਤੇ ਪਾਕਿਸਤਾਨ ਦਾ ਪਾਸਪੋਰਟ 'ਤੇ ਵੀਜ਼ਾ ਲੱਗਾ ਹੋਏਗਾ। ਇਹ ਪਤਾ ਨਹੀਂ ਗੱਲ ਸੱਚੀ ਆ ਜਾਂ ਝੂਠੀ ਹੈਗੀ ਆ, ਪਰ ਆਮ ਇਹੋ ਮੈਂ ਸੁਣਦਾ ਹੈਗਾ ਵੀ ਜੇ ਪਾਕਿਸਤਾਨ ਦਾ ਕਿਸੇ ਪਾਸਪੋਰਟ 'ਤੇ ਵੀਜ਼ਾ ਲੱਗਾ ਹੈਗਾ, ਜੇ ਤੁਸੀਂ ਅਮੈਰੀਕਾ ਜਾਣਾ ਜਾਂ ਕੈਨੇਡਾ ਜਾਣਾ ਜਾਂ ਯੂਰੋਪੀਅਨ ਕੰਟਰੀ ਜਾਣਾ ਹੈਗਾ ਤਾਂ ਉੱਥੇ ਰਿਫਿਊਜ਼ਲ ਦੇ ਤੁਹਾਡੇ ਵੀਜ਼ਾ ਦੇ ਚਾਂਸਿਸ ਜ਼ਿਆਦਾ ਹੈਗੇ। ਇਹ ਪਤਾ ਨਹੀਂ ਵਹਿਮ ਆ ਜਾਂ ਸੱਚਾਈ ਹੈਗੀ ਆ, ਇਹ ਤਾਂ ਵੈਰੀਫਿਕੇਸ਼ਨ ਕਰਕੇ ਮੈਂ ਐਗਜੈਕਟ ਦੱਸਾਂਗਾ, ਪਰ ਉਹਦੇ ਪਾਸਪੋਰਟ 'ਤੇ ਕੋਈ ਐਂਟਰੀ ਨਹੀਂ ਹੋਏਗੀ। ਉਹ ਸਿਰਫ ਇੰਡੀਅਨ ਸਾਈਡ ਲਈ ਉਹ ਚਾਹੀਦਾ, ਨਾਲ ਉਹ ਜਿਹੜਾ ਹੈਗਾ $20 ਦਾ ਮਸਲਾ ਅਜੇ ਵੀ ਉੜਿਆ ਹੈਗਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਤਾਂ ਇੱਥੋਂ ਤਾਂ ਵੀ ਕਹਿ ਚੁੱਕੇ ਜਜ਼ੀਆ ਟੈਕਸ ਹੈਗਾ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਬਾਦਲ ਉਹਨਾਂ ਨੇ ਵੀ ਕਿਹਾ ਹੈਗਾ ਇਹ ਖੁੱਲ੍ਹੇ ਦਰਸ਼ਨਦਾਰ ਚਾਹੀਦੇ ਹੈਗੇ, ਇਹ ਬਿਲਕੁਲ ਜਾਇਜ਼ ਮੰਗ ਨਹੀਂ ਹੈਗੀ ਸਰਕਾਰ ਦੀ, ਪਰ ਇਹਦੇ ਬਾਰੇ ਅਜੇ ਵੀ ਕੋਈ ਅਫੀਸ਼ੀਅਲ ਕਲੈਰੀਫਿਕੇਸ਼ਨ ਨਹੀਂ ਆਈ ਹੈਗੀ। ਅਤੇ ਬਾਕੀ ਇੱਕ ਹੋਰ ਇੰਡੀਅਨ ਗੌਰਮੈਂਟ ਨੇ ਕਿਹਾ ਹੈਗਾ ਵੀ ਫਿਰ ਹਾਲ ਸ਼ਰਧਾਲੂਆਂ ਦੇ ਰਸ਼ ਨੂੰ ਦੇਖਦੇ ਹੋਏ ਇਹਨਾਂ ਨੇ ਕਿਹਾ ਵੀ ਸਾਲ ਵਿੱਚ ਅਸੀਂ ਇੱਕ ਸਾਲ ਤੱਕ ਸਿਰਫ ਇੱਕ ਵਾਰੀ ਅਸੀਂ ਬੰਦੇ ਨੂੰ ਅਲਾਓ ਕਰਾਂਗੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਜਾਣ ਲਈ, ਉਹ ਤੋਂ ਬਾਅਦ ਜੇ ਇੱਕ ਸਾਲ ਬਾਅਦ ਰਿਵਿਊ ਕਰਨਗੇ, ਉਹ ਤੋਂ ਬਾਅਦ ਜੇ ਫਿਰ ਦੇਖਣਗੇ ਵੀ ਸਾਲ ਵਿੱਚ ਜੇ 2-3 ਵਾਰੀ ਵੀ ਜਾਣਾ ਚਾਹੁੰਦਾ ਉਹਨੂੰ ਅਲਾਓ ਕਰਦੇ ਕਿ ਨਹੀਂ ਕਰਦੇ ਹੈਗੇ। ਇਹ ਇਸੇ ਸੰਬੰਧ ਵਿੱਚ ਵਿਜੇਂਦਰ ਸਿੰਗਲਾ ਹੈਗੇ ਆ, ਕੈਪਟਨ ਅਮਰਿੰਦਰ ਸਿੰਘ ਨੇ ਭੇਜੇ ਸੀ ਆਪਣੇ PWG ਮੰਤਰੀ, ਅਤੇ ਉਹਨਾਂ ਨੂੰ ਕਿਹਾ ਵੀ ਆਪਣਾ ਸਾਰਾ ਜਿਹੜਾ ਹੈਗਾ ਕੋਰੀਡੋਰ ਦਾ ਵਰਕ ਰਿਵਿਊ ਕਰਕੇ ਪੂਰਾ ਦੱਸੋ ਕਿੱਥੇ ਪਹੁੰਚਿਆ ਹੈਗਾ। ਹਾਲਾਂਕਿ ਜਿਹੜੀ ਕੋਰੀਡੋਰ ਦਾ ਕੰਮ ਹੈਗਾ ਉਹ ਰੀਮੈਟਲ ਫਿਰ ਹੋਣਾ ਸ਼ੁਰੂ ਹੋ ਗਿਆ, ਕੰਕਰੀਟ ਦੁਆਰਾ ਪੈ ਕੇ ਉਹ ਤਾਂ ਆਲਰੇਡੀ 4.6 ਕਿਲੋਮੀਟਰ ਸੜਕ ਬਣੀ ਹੈਗੀ ਆ, ਪਰ ਜਿਹੜਾ ਇੰਟੈਗਰੇਟਡ ਚੈੱਕ ਪੋਸਟ ਦਾ ਕੰਮ ਹੈਗਾ ਉਹ ਜਿੰਨੇ ਮਿਨਿਸਟਰੀ ਆਫ ਹੋਮ ਅਫੇਅਰ ਦੇ ਸੀਨੀਅਰ ਅਧਿਕਾਰੀ ਸੀ ਉਹਨਾਂ ਨੇ ਸਰਵੇ ਕਰਕੇ ਕਿਹਾ ਹੈਗਾ, ਤੁਸੀਂ ਦੇਖ ਰਹੇ ਹੋ ਅਜੇ ਨਕਸ਼ੇ ਵਿੱਚ ਹੀ ਹੈਗੇ, ਅਤੇ ਉਹ ਅਜੇ 50% ਕੰਮ ਹੋਇਆ ਹੈਗਾ। ਉਹ ਹਾਲਾਂ 20,000 ਵਰਕਰ 3 ਸ਼ਿਫਟਾਂ ਵਿੱਚ ਕੰਮ ਕਰਦੇ ਹੈਗੇ, ਪਰ ਉਹ ਜਿਹੜਾ ਹੈਗਾ ਡੈਡਲਾਈਨ 'ਤੇ ਕੰਪਲੀਟ ਹੋਣੇ ਦੀ ਸੰਭਾਵਨਾ ਨਹੀਂ ਹੈਗੀ। ਉਹ ਸੋ ਇਹਨਾਂ ਨੇ ਕਿਹਾ ਹੈਗਾ ਵੀ ਚਲੋ ਮੇਕ ਸ਼ਿਫਟ ਅਰੇਂਜਮੈਂਟ ਕਰਕੇ ਅਸੀਂ ਉਹ ਜਿਹੜਾ ਡੈਡਲਾਈਨ 'ਤੇ ਕੋਰੀਡੋਰ ਤਾਂ ਚਾਲੂ ਕਰਨਾ ਹੀ ਆ। ਪਰ ਵਿਜੇਂਦਰ ਸਿੰਗਲਾ ਨੇ ਕਿਹਾ ਹੈਗਾ ਵੀ ਕੋਰੀਡੋਰ ਉਦੋਂ ਤਾਈਂ ਤਿਆਰ ਹੋ ਜਾਏਗਾ। ਮੈਨੂੰ ਵੈਸੇ ਡਾਊਟ ਆ, ਹੋ ਸਕਦਾ 7-8 ਦਿਨ ਉੱਪਰ ਹੋ ਜਾਣ, ਜਾਂ ਉਹਦੇ ਤੋਂ ਵੀ ਇਹ ਨਾ ਹੋਵੇ ਅਤੇ ਉਹ ਇਹ ਮੇਕ ਸ਼ਿਫਟ ਅਰੇਂਜਮੈਂਟ ਨਾ ਕਰ ਲੈਣ। ਨਾਲ ਇਹ ਜਿਹੜਾ ਹੈਗਾ ਮੇਨ ਜਿਹੜਾ ਪੁਲ ਹੈਗਾ ਇੰਡੀਅਨ ਸਾਈਡ ਦਾ ਇਹ ਕੰਪਲੀਟ ਆ, ਜਿਹੜਾ ਪਾਕਿਸਤਾਨ ਵਾਲੀ ਸਾਈਡ ਨੂੰ
ਲਿੰਕ ਹੋਣਾ ਹੈਗਾ। ਇਹ ਪਾਕਿਸਤਾਨ ਵਾਲੀ ਸਾਈਡ ਤੋਂ ਅਜੇ ਥੋੜ੍ਹਾ ਜਿਹਾ ਰਹਿੰਦਾ ਹੈਗਾ। ਅਦਰਵਾਈਜ਼ ਜਿਹੜਾ ਹੈਗਾ ਸ਼ਰਧਾਲੂਆਂ ਲਈ ਦੋਨਾਂ ਨੇ ਉਹ ਮੇਕਸ਼ਿਫਟ ਅਰੇਂਜਮੈਂਟ ਕਰਕੇ ਆਲਰੇਡੀ ਉਹ ਜਿੰਨੇ ਚਿਰ ਪੁਲ ਨਹੀਂ ਬਣਦੇ ਹੈਗੇ ਉਹ ਸ਼ਰਧਾਲੂਆਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਇਹ ਤੁਸੀਂ ਇੰਟੈਗ੍ਰੇਟਿਡ ਚੈੱਕ ਪੋਸਟ ਦੇਖ ਰਹੇ ਹੋਗੇ। ਇਹ ਥੋੜ੍ਹੇ ਦਿਨ ਪੁਰਾਣੇ ਸ਼ੋਰਟ ਸੀ, ਲੇਟੈਸਟ ਵੀ ਕਿ 5-10% ਹੋਰ ਕੰਮ ਹੋ ਗਿਆ ਹੋਏਗਾ। ਸੋ ਓਵਰਆਲ ਇਹ ਕੰਮ ਥੋੜ੍ਹਾ ਘੱਟ ਹੈਗਾ, ਜਦਕਿ ਪਾਕਿਸਤਾਨ ਤੋਂ ਪਤਾ ਲੱਗਾ ਹੈਗਾ ਅਰਾਊਂਡ ਅਬਾਊਟ 96-97% ਕੰਮ ਉਹਨਾਂ ਦਾ ਕੰਪਲੀਟ ਹੋ ਗਿਆ ਹੈਗਾ ਪੂਰੇ ਪ੍ਰੋਜੈਕਟ ਦਾ, ਉਹ ਫਿਰ ਫਿਨਿਸ਼ਿੰਗ ਟੱਚ ਦੇ ਰਹੇ ਹੈਗੇ ਆ। ਖੈਰ ਇਹ ਤਾਂ ਕੰਮ ਹੁਣ ਇਨਕੰਪਲੀਟ ਰਹੇ ਜਾਂ ਕੰਪਲੀਟ ਹੋਵੇ, ਕੋਰੀਡੋਰ ਫਾਈਨਲੀ ਜਿਹੜਾ ਹੈਗਾ ਨਵੰਬਰ ਦੇ 8 ਜਾਂ 9 ਤਰੀਕ ਨੂੰ ਇਹ ਜ਼ਰੂਰ ਓਪਨ ਹੋ ਜਾਏਗਾ, ਜਿਹੜੇ ਸ਼ਰਧਾਲੂ ਜਾਣੇ ਆਉਣੇ ਸ਼ੁਰੂ ਹੋ ਜਾਣਗੇ। ਇਹ ਇੱਕ ਬਹੁਤ ਲੰਬੀ ਦੇਰ ਤੋਂ ਜਿਹੜੀ ਸਿੱਖ ਜਗਤ ਦੀ ਮੰਗ ਸੀ, ਅਰਦਾਸਾਂ ਵਿੱਚ ਬੇਨਤੀਆਂ ਕਰਦੇ ਸੀ ਪਰਮਾਤਮਾ ਅੱਗੇ, ਗੁਰੂ ਨਾਨਕ ਅੱਗੇ, ਸੋ ਇਹ ਪੂਰੀ ਹੋ ਗਈ। ਇਹਦੇ ਨਾਲ ਹੀ ਮੈਨੂੰ ਲੱਗਦਾ ਹੈਗਾ ਹੋ ਸਕਦਾ ਹੈਗਾ ਭਾਰਤ ਅਤੇ ਪਾਕਿਸਤਾਨ ਦੌਰਾਨ ਪੀਸ ਇਨੀਸ਼ੀਏਟਿਵ ਵੀ ਸ਼ੁਰੂ ਹੋ ਜਾਵੇ। ਆਓ ਸ਼ਰਧਾਲੂ ਕੀ ਸੋਚਦੇ ਹੈਗੇ ਆ, ਉਹਨਾਂ ਦੇ ਵੀ ਇਸ ਸੰਬੰਧੀ ਵਿਚਾਰ ਸੁਣਦੇ ਹਾਂ। ਜਥੇਦਾਰ ਰਣਜੀਤ ਸਿੰਘ ਕਾਲੋ ਜੀ, ਤੁਸੀਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਅਤੇ ਕਰਤਾਰਪੁਰ ਕੋਰੀਡੋਰ ਤੁਹਾਨੂੰ ਪਤਾ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ, ਪਾਕਿਸਤਾਨ ਵੀ ਚੱਲ ਰਿਹਾ ਅਤੇ ਆਪਣੇ ਭਾਰਤ ਵਾਲੀ ਸਾਈਡ ਵੀ। ਹਾਂਜੀ, ਇਹ ਲਾਂਘੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਂ ਲਾਂਘੇ ਬਾਰੇ ਤਾਂ ਬਹੁਤ, ਜਿਹੜਾ ਲਾਂਘੇ ਦੀ ਗੱਲ ਹੋਈ ਹੈ ਨਾ, ਹਾਂਜੀ, ਜਿਹੜੇ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਦੁਨੀਆ ਬੈਠੀ ਆ, ਚਾਹੇ ਕਿਤੇ ਵੀ ਬੈਠਿਆ ਕੋਈ ਬਾਹਰ ਦੇ ਚਾਂ ਵਿਦੇਸ਼ਾਂ ਵਿੱਚ, ਸਭ ਅਭਿਲਾਸ਼ਾ ਸਾਰਿਆਂ ਦੀ ਇਹ ਸੀ ਮਨਸ਼ਾ ਕਿ ਸਾਡਾ ਜਿਹੜਾ ਗੁਰੂ ਨਾਨਕ ਦੇਵ ਜੀ ਹੋਏ ਨੇ ਇਹ ਸਰਬਸੰਮਤੀ ਸਾਰਿਆਂ ਦੇ ਹੋਏ ਨੇ ਅਤੇ ਇਹਨਾਂ ਦਾ ਜਿਹੜਾ ਉੱਥੇ ਦਰਸ਼ਨ ਕਰਨ ਵਾਲਾ ਜਿੱਥੇ ਇਹਨਾਂ ਸਭ ਤੋਂ ਵੱਡਾ ਸਮਾਗਮ ਗੁਜ਼ਾਰਿਆ, ਹਾਂਜੀ, ਜਾਂ ਸੁਲਤਾਨਪੁਰ ਸਾਹਿਬ ਗੁਜ਼ਾਰਿਆ ਅਤੇ ਜਾਂ ਉੱਥੇ ਗੁਜ਼ਾਰਿਆ, ਬਾਕੀ ਉਦਾਸੀਆਂ ਕਰਕੇ ਫਿਰ ਸਾਰੇ ਚਾਰੇ ਉਦਾਸੀਆਂ ਕਰਕੇ ਉੱਥੇ ਚਲੇ ਗਏ ਸੀ। ਜਿਹੜੀ ਕੋਰੀਡੋਰ ਦੀ ਗੱਲ ਜਿੱਥੋਂ ਤੱਕ ਆਉਂਦੀ ਆ, ਮੈਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦਾ ਵੀ ਪਰਮਾਤਮਾ ਮੁਹਰੇ ਇਹੀ ਕਰਦਾ ਕਿ ਬਡਾਲਾ ਸਾਹਿਬ ਨੂੰ ਸਵਰਗਾਂ ਵਿੱਚ ਵਾਸਾ ਦੇਵੇ, ਜਿਹਨਾਂ ਨੇ ਬੜਾ ਲੰਮਾ ਸਮਾਂ ਇਹ ਸੰਘਰਸ਼ ਕੀਤਾ, ਹਰ ਮੱਸਿਆ 'ਤੇ ਜਾ ਕੇ ਉੱਥੇ ਅਰਦਾਸ ਕਰਦੇ ਰਹੇ ਸੰਗਤ ਨੂੰ ਨਾਲ ਲੈ ਕੇ, ਅਤੇ ਇਹ ਬਡਾਲਾ ਸਾਹਿਬ ਦੀ ਬੜੀ ਵੱਡੀ ਇੱਕ ਦੇਣ ਸੀ, ਵਿਲੱਖਣਤਾ ਸੀਗੀ ਕਿ ਲਗਾਤਾਰ ਚਾਹੇ ਮੀਂਹ ਹੋਵੇ, ਹਨੇਰੀ ਹੋਵੇ, ਠੰਡ ਹੋਵੇ, ਧੁੰਦ ਹੋਵੇ, ਉਹ ਜਾ ਕੇ ਉੱਥੇ ਅਰਦਾਸ ਕਰਦੇ ਰਹੇ ਨੇ। ਹਾਂਜੀ ਹਾਂਜੀ, ਅਤੇ ਉਹਨਾਂ ਦੀ ਅਰਦਾਸ ਵੀ ਅਤੇ ਸੰਗਤ ਦੀ ਅਰਦਾਸ ਵੀ ਅਤੇ ਸਾਰੀ ਸੰਗਤ, ਇਹ ਜਿਹੜਾ ਕੋਰੀਡੋਰ ਜਿਹੜਾ ਖੁੱਲਿਆ, ਅਤੇ ਬਾਕੀ ਧੰਨਵਾਦ ਕਰਦੇ ਹਾਂ ਮੋਦੀ ਸਾਹਿਬ ਦਾ ਵੀ, ਅਤੇ ਧੰਨਵਾਦ ਕਰਦੇ ਹਾਂ ਮੁਸ਼ੱਫਰ ਆਪਣੇ ਦਾ ਇਮਰਾਨ ਖਾਨ ਦਾ ਵੀ, ਕਿਉਂਕਿ ਜਿਹਨਾਂ ਨੇ ਇਹ ਜਿਹੜਾ ਇੰਨਾ ਤਣਾਅ ਹੁੰਦਿਆਂ ਹੋਇਆਂ ਵੀ, ਇੰਨਾ ਕੁਛ ਹੁੰਦਿਆਂ ਹੋਇਆਂ ਵੀ ਦੋਨਾਂ ਦੇਸ਼ਾਂ ਦਾ, ਫਿਰ ਵੀ ਇਸ ਚੀਜ਼ ਨੂੰ ਜਿਹੜਾ ਇਸ ਗੁਰੂ ਨਾਨਕ ਨਾਮ ਲੇਵਾ ਨੂੰ ਜਿਹੜੀ ਕਿ ਬਣਾਉਣ ਵਾਸਤੇ, ਗੁਰੂ ਨਾਨਕ ਦੇਵ ਜੀ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਇਹਨਾਂ ਨੇ ਲਾਂਘੇ ਨੂੰ ਚਾਲੂ ਰੱਖਿਆ ਔਰ ਇਹ ਚਾਲੂ ਰੱਖਣਗੇ, ਇਹ ਬਹੁਤ ਵੱਡੀ ਸੰਗਤ ਦੇ ਵਿੱਚ ਖੁਸ਼ੀ ਵਾਲੀ ਗੱਲ ਆ, ਅਤੇ ਬਹੁਤ ਜ਼ਿਆਦਾ ਇਹ ਲੋੜ ਸੀ ਇਸ ਚੀਜ਼ ਦੀ, ਜਿਹੜੀ ਕਿ ਸੰਗਤ ਉੱਥੇ ਹੋ ਰਹੀ ਉਹ ਬਦੂਰਬੀਰ ਰਾਹੀਂ ਜਾ ਕੇ ਦਰਸ਼ਨ ਕਰਕੇ ਆ ਜਾਂਦੀ ਸੀ। ਹਾਂਜੀ ਹਾਂਜੀ, ਇਸ ਕਰਕੇ ਇਸ ਲਾਂਘੇ ਦਾ ਜਿੰਨੀ ਵੀ ਸਿਫਤ ਕੀਤੀ ਜਾਵੇ, ਜਿੰਨੀ ਵੀ ਸ਼ੋਭਾ ਕੀਤੀ ਜਾਵੇ, ਓਨੀ ਥੋੜ੍ਹੀ ਹੈ। ਅਜੇ ਤੁਹਾਨੂੰ ਪਾਕਿਸਤਾਨ ਕਦੀ ਜਾਣੇ ਦਾ ਮੌਕਾ ਮਿਲਿਆ ਜ਼ਿੰਦਗੀ 'ਚ ਕਿ ਨਹੀਂ? ਹਾਂ, ਮੈਂ ਜਾਇਆ ਜੀ, ਮੈਂ ਜਿੱਦਣ ਮਹਾਰਾਜ ਦਾ ਨਗਰ ਕੀਰਤਨ ਲੈਣ ਵਾਸਤੇ ਗਏ। ਓ ਵੈਰੀ ਗੁੱਡ, ਅੱਛਾ, ਹੁਣ ਰੀਸੈਂਟਲੀ ਨਨਕਾਣਾ ਸਾਹਿਬ ਮੈਂ ਜਾ ਕੇ ਆਇਆ। ਨਨਕਾਣਾ ਸਾਹਿਬ ਉਹ ਪਹਿਲੀ ਵਾਰੀ ਵਿਜ਼ਿਟ ਸੀ? ਹਾਂ, ਪਹਿਲੀ ਵਾਰੀ ਮੈਂ ਵਿਜ਼ਿਟ ਕੀਤਾ, ਉਸ ਮਾਲਕ ਨੇ ਆਪ ਉੱਥੇ ਬੁਲਾਇਆ ਅਤੇ ਚਲੇ ਗਏ ਸੀ, ਮੇਰੇ ਚਿੱਤ ਚੇਤੇ ਵੀ ਨਹੀਂ ਸੀਗਾ ਕਿ ਅਸੀਂ ਉੱਥੇ ਜਾ ਕੇ ਦਰਸ਼ਨ ਕਰ ਆਵਾਂਗੇ। ਬੜੀ ਗੁਰੂ ਨਾਨਕ ਦੀ ਬਖਸ਼ਿਸ਼ ਹੋਈ, ਗੁਰੂ ਨਾਨਕ ਦੇਵ ਦੀ ਮਿਹਰ ਹੋਈ, ਉਹਨਾਂ ਨੇ ਆਪ ਬੁਲਾਇਆ ਅਤੇ ਮੈਨੂੰ ਉੱਥੋਂ ਸੁਨੇਹਾ ਆ ਗਿਆ ਵੀ ਤੁਸੀਂ ਪਾਸਪੋਰਟ ਭੇਜ ਦਿਓ। ਹਾਂਜੀ, ਮੈਂ ਪਾਸਪੋਰਟ ਭੇਜਿਆ ਅਤੇ ਵੀਜ਼ਾ ਲੱਗ ਕੇ ਆ ਗਿਆ ਅਤੇ ਅਸੀਂ ਉੱਥੇ ਜਾ ਕੇ ਆਏ ਹਾਂ। ਇਹ ਨਗਰ ਕੀਰਤਨ, ਜਿਹੜਾ ਨਗਰ ਕੀਰਤਨ ਬੜੇ ਨਿਕਲੇ ਆ, ਮੈਂ ਆਪਣੀ ਜ਼ਿੰਦਗੀ ਵਿੱਚ ਦੇਖੇ ਆ, 64-65 ਸਾਲ ਦੀ ਉਮਰ ਹੋ ਗਈ ਮੇਰੀ, ਹਾਂਜੀ, ਬੜੇ ਨਗਰ ਕੀਰਤਨ ਦੇਖੇ ਆ, ਬੜੀਆਂ ਸ਼ਤਾਬਦੀਆਂ ਦੇਖੀਆਂ, ਹਾਂਜੀ, ਪਰ ਜੋ ਲੋਚਕ ਜੋ ਇਸ ਨਗਰ ਕੀਰਤਨ ਦੇ ਵਿੱਚ ਮਿਲਿਆ ਸੰਗਤ ਨੂੰ, ਜਾਂ ਉਤਸ਼ਾਹ ਇੰਨਾ ਦੁਨੀਆਂ ਵਿੱਚ ਮੈਂ ਅੱਜ ਤੱਕ ਨਹੀਂ ਦੇਖਿਆ ਕਿ ਨਾ ਇੱਦਾਂ ਦਾ ਨਗਰ ਕੀਰਤਨ ਸ਼ਾਇਦ ਨਿਕਲਿਆ ਅਤੇ ਨਾ ਨਿਕਲੇ, ਕਿਉਂਕਿ ਹਰ ਬੱਚੇ ਦੇ ਸੀ, ਘਰਾਂ ਦੇ ਘਰ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਕਿ ਗੁਰੂ ਨਾਨਕ ਦੇਵ ਜੀ ਆਪ ਆਏ ਆ। ਇਸ ਕਰਕੇ ਉਹ ਉਸ ਸ਼ਰਧਾ ਦੇ ਨਾਲ ਕਿ ਅੱਜ ਉਹਦੇ ਵਿੱਚ, ਉਸ ਨਗਰ ਕੀਰਤਨ ਦੇ ਵਿੱਚ
ਗੁਰੂ ਨਾਨਕ ਦੇਵ ਜੀ ਬੈਠੇ ਦਿਸਦੇ ਆ। ਪਾਕਿਸਤਾਨੀ ਲੋਕਾਂ ਦੇ ਵੀ ਮੇਰੇ ਖਿਆਲ ਕਾਫੀ ਉਤਸ਼ਾਹ ਸੀ, ਪਾਕਿਸਤਾਨੀ ਲੋਕਾਂ ਨੇ ਅਸੀਂ ਤੇ ਗਏ ਆ, ਬੜਾ ਉਤਸ਼ਾਹ ਸੀ, ਬੜਾ ਲੋਕਾਂ ਨੇ ਉੱਥੇ ਸਤਿਕਾਰ ਮਾਣ ਕੀਤਾ, ਔਰ ਜਿਸ ਦੇ ਮਹਾਰਾਜ ਦੇ ਜਿਸ ਦੇ ਤੁਰੇ ਅਸੀਂ ਉਸਲੇ ਵੀ ਬੜੀ ਸੰਗਤ ਆਈ ਆ, ਜਿਹੜੇ ਕਿ ਜਿਹਦੇ ਵਿੱਚ ਸਿੱਖ ਵੀ ਸੀ ਉੱਥੇ ਦੇ ਤੇ ਮੁਸਲਮਾਨ ਵੀ ਬੜੇ ਸੀਗੇ, ਤੇ ਜਿਹਨਾਂ ਨੇ ਉੱਥੇ ਵਿਦਾਇਗੀ ਦਿੱਤੀ ਆ। ਹਾਂਜੀ ਹਾਂਜੀ, ਕੋਈ ਇਹੋ ਜਿਹੀ ਗੱਲ ਨਹੀਂ, ਔਰ ਇੱਥੋਂ ਤੱਕ ਵਾਹਗਾ ਬਾਰਡਰ ਤੱਕ ਆਏ ਬੰਦੇ ਵਿੱਚ। ਅੱਛਾ, ਵਾਹਗਾ ਬਾਰਡਰ, ਵਾਹਗਾ ਬਾਰਡਰ ਤੱਕ ਵੀ ਆਏ। ਮੈਂ ਵਿੱਚ ਵਿੱਚ ਦੇਖੇ ਪਾਕਿਸਤਾਨੀ ਫਲੈਗ ਸੀਗੇ ਵਾਹਗਾ ਬਾਰਡਰ ਤੇ ਜਦੋਂ ਐਂਟਰੀ ਹੋਈ। ਹਾਂਜੀ ਹਾਂਜੀ ਜੀ, ਆਏ ਉਹਨਾਂ ਕੋਲ ਫਲੈਗ ਸੀ ਆਪਣੇ, ਔਰ ਲੇਕਿਨ ਉਹਨਾਂ ਨੇ ਬੜਾ ਜ਼ਿਆਦਾ ਸਤਿਕਾਰ ਕੀਤਾ ਸਲਮਾਨ ਖਾਨ ਦੀ ਨਾਲ, ਉੱਥੇ ਬੈਨਰ ਲੱਗੇ ਸੀਗੇ, ਨਾਲ ਫੋਟੋ ਲੱਗੀ ਸੀਗੀ ਬਕਾਇਦਾ, ਜੋ ਬੜੀ ਵਧੀਆ, ਮਤਲਬ ਉੱਥੇ ਇਹੋ ਜਿਹੀ ਕੋਈ ਗੱਲ ਨਹੀਂ ਸੀ। ਜਿਹੜਾ ਉੱਥੇ ਲੰਗਰ ਪਾਣੀ ਵੀ ਵਰਤਾਉਂਦੇ ਸੀਗੇ, ਉਹਦੇ ਵਿੱਚ ਵੀ ਕਾਫੀ ਜਿਹੜੇ ਮੁਸਲਮਾਨ ਸਾਨੂੰ ਕਿ ਸਾਡੀ ਸੇਵਾ ਕਰਦੇ ਰਹੇ ਆ। ਅੱਛਾ ਅੱਛਾ, ਹਾਂਜੀ, ਇਹੋ ਜਿਹੀ ਗੱਲ ਨਹੀਂ ਕੋਈ ਵੀ। ਬਹੁਤ ਅੱਛੀ ਗੱਲ, ਬਹੁਤ ਅੱਛੀ। ਅੱਛਾ, ਇਹ ਹੁਣ ਥੋੜ੍ਹਾ ਜਿਹਾ ਦੋਨੋਂ ਦੇਸ਼ਾਂ ਦਾ 370 ਕਰਕੇ ਥੋੜ੍ਹਾ ਖੜੱਤਣ ਅਤੇ ਖਟਾਸ ਹੈਗੀ ਆ, ਤੇ ਤੁਹਾਨੂੰ ਲੱਗਦਾ ਵੀ ਲਾਂਘਾ ਖੁੱਲਣ ਨਾਲ ਸ਼ਾਇਦ ਦੋਸਤੀ ਦਿਨਾਂ 'ਚ ਹੋ ਜਾਏ? ਗੁਰੂ ਨਾਨਕ ਦੇਵ ਦਾ ਆਦੇਸ਼ ਰਿਹਾ, ਜਾਂ ਉਹਨਾਂ ਦੀ ਜਿਹੜੀ ਜਿੰਨਾ ਉਹਨਾਂ ਦੀ ਜਿੰਨੀਆਂ ਉਦਾਸੀਆਂ ਕੀਤੀਆਂ, ਜਿੰਨਾ ਉਹਨਾਂ ਨੇ ਉਪਦੇਸ਼ ਦਿੱਤਾ ਸਾਡੀ ਸੰਗਤ ਨੂੰ, ਉਹਨਾਂ ਨੇ ਇਸੇ ਗੱਲ ਦਾ ਦਿੱਤਾ ਵੀ ਏਕਤਾ ਦਾ ਤੇ ਆਪਸੀ ਭਾਈਚਾਰੇ ਦਾ, ਆਪਸੀ ਭਾਈਚਾਰੇ ਦਾ ਇਹ ਦੇਸ਼ ਦਿੱਤੇ ਨੇ। ਉਹਨਾਂ ਦੇਸ਼ਾਂ ਨੂੰ ਦੇਖਦੇ ਹੋਏ ਉਹ ਸ਼ਾਇਦ ਮਹਾਰਾਜ ਕਿਰਪਾ ਕਰਨਗੇ ਕਿ ਇਹ ਜਿਹੜਾ ਇਹ ਕਰਤਨ ਜਿਹੜੀ ਆ ਬਹੁਤ ਜ਼ਿਆਦਾ ਘਟਣ ਦੀ ਆਸ ਆ, ਕਿ ਹੋ ਸਕਦਾ ਮਹਾਰਾਜ ਕਿਰਪਾ ਕਰਦੇ ਨੇ ਕਰਤਨਾ ਘੱਟ ਜਾਣ, ਅਤੇ ਅਸੀਂ ਇੱਕ ਦੂਜੇ ਦੇ ਨਾਲ ਇਸੇ ਤਰ੍ਹਾਂ ਹੀ ਭਾਈਚਾਰਾ ਤੇ ਮਿਲਦੇ ਵਰਦੇ ਰਹੀਏ, ਸਾਡੇ ਸਾਰੇ ਕਾਰੋਬਾਰ ਜਿਹੜੇ ਚੱਲਦੇ ਰਹਿਣ। ਚਲੋ, ਤੁਸੀਂ ਤਾਂ SGPC ਦੇ ਮੈਂਬਰ ਹੋ, ਪਰ ਆਮ ਲੋਕਾਂ ਦਾ ਦੇਸ਼ ਵਿਦੇਸ਼ 'ਚ ਜਾਂ ਪੰਜਾਬ 'ਚ ਕਿੰਨਾ ਕੁ ਉਤਸ਼ਾਹ ਹੈ ਲਾਂਘੇ ਪ੍ਰਤੀ? ਬਹੁਤ ਜ਼ਿਆਦਾ, ਹਰ ਗੁਰੂ ਨਾਨਕ ਨਾਮ ਲੇਵਾ ਦੇ ਜਾਂ ਜਿਹੜੇ ਵੀ ਜਿੰਨੇ ਵੀ ਆ, ਚਾਹੇ ਉਹ ਕਿਸੇ ਵੀ ਬਰਾਦਰੀ ਨਾਲ ਸੰਬੰਧ ਰੱਖਦੇ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਸਿੱਖ ਆ, ਚਾਹੇ ਹਿੰਦੂ ਆ, ਚਾਹੇ ਕੋਈ ਹੋਰ ਬਰਾਦਰੀ ਆ, ਉਹ ਜਿਹੜੇ ਸਾਰੇ ਜਿਹੜੇ ਆ ਇਸ ਚੀਜ਼ ਨੂੰ ਅੱਜ ਮੁਕਰਾਦੇ ਹੋਏ ਕਿ ਇਹ ਸਾਰਿਆਂ ਦੇ ਮਨ ਵਿੱਚ ਖੁਸ਼ੀ ਹੈ ਜਿਹੜੇ ਗੁਰੂ ਨਾਨਕ ਨਾਮ ਜਿਹੜਾ ਮਹਾਰਾਜ ਦੇ ਇੱਛਾ ਨੂੰ ਜਾਣਦੇ ਹੋ। ਚਲੋ, ਤੁਸੀਂ ਇਸ ਅਖੀਰ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕੀ ਇਸ ਮਾਮਲੇ 'ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਤਾਂ ਮੈਸੇਜ ਦਊਂਗਾ ਕਿ ਜਿਉਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਪਦੇਸ਼ ਦਿੱਤਾ ਆ, ਉਹਦੇ 'ਤੇ ਸਾਨੂੰ ਪਹਿਰਾ ਦੇਣਾ ਚਾਹੀਦਾ, ਅਤੇ ਮੈਂ ਦੋਨਾਂ ਦੇਸ਼ਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਮਿਲ ਵਰਤ ਕਰਕੇ ਇਹਨਾਂ ਦੋਨਾਂ ਦੇਸ਼ਾਂ ਨੂੰ ਇੱਕ ਦੂਜੇ ਨਾਲ ਸਾਰਾ ਹੀ ਕਾਰਵਾਈ ਜਿਹੜੀ ਹੈ ਇਹ ਕਰਨੀ ਚਾਹੀਦੀ ਹੈ, ਕੋਈ ਕਰਤਣ ਨਹੀਂ ਰੱਖਣੀ ਚਾਹੀਦੀ, ਅਤੇ ਇਸ ਕਰਕੇ ਕੁਛ ਨਹੀਂ ਇੱਥੇ ਲਿਜਾਣ ਨੂੰ, ਇੱਥੇ ਰਹਿ ਜਾਣਾ, ਇੱਥੇ ਹੀ ਵੰਡਾਂ ਰਹਿ ਜਾਣੀਆਂ, ਇੱਥੇ ਹੀ ਜਾਇਦਾਦਾਂ ਰਹਿ ਜਾਣੀਆਂ, ਇੱਥੇ ਹੀ ਜ਼ਮੀਨਾਂ। ਲੇਕਿਨ ਕੁਛ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਕਿ ਉਹ ਇਹਨਾਂ ਲੋਕ ਇਹਨਾਂ ਚੀਜ਼ਾਂ ਨੂੰ ਉਤਸ਼ਾਹ ਦਿੰਦੇ ਆ, ਤੇ ਉਹਨਾਂ ਦੀ ਗੱਲ ਜਿਹੜੀ ਉਹ ਸਾਰੇ ਖਰਾਬ ਕਰਦੇ ਆ। ਇਸ ਕਰਕੇ ਅਸੀਂ ਮੈਜੋਰਟੀ ਆਫ ਲੋਕ ਇੱਥੇ ਤੇ ਪਾਕਿਸਤਾਨ ਵਿੱਚ ਪੀਸ ਲਵਾਂਗੇ, ਪੀਸ ਚਾਹੁੰਦੇ ਹਰ ਬੰਦਾ, ਜਿਹੜਾ ਵਧੀਆ ਬੰਦਾ ਆ ਜਾਂ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਉਹ ਤਾਂ ਪੀਸਫੁਲ ਚਾਹੁੰਦਾ, ਜਿਹੜਾ ਬੰਦਾ ਸ਼ਰਾਰਤੀ ਆ ਉਹ ਤਾਂ ਫਿਰ ਉਹਨੇ ਤਾਂ ਸ਼ਰਾਰਤ ਕਰਨੀ ਹੈ, ਉਹਦਾ ਤਾਂ ਕੋਈ ਵੱਪ ਕਹਿ ਨਹੀਂ ਸਕਦੇ ਉਹਦੇ ਬਾਰੇ, ਉਹਦਾ ਤਾਂ ਕੰਮ ਹੀ ਕਿਹਾ ਕਿ ਨਾਰਦ ਜਿਹੜਾ ਉਹਨੇ ਆਪਣਾ ਕੰਮ ਕਰਨਾ ਤੇ ਬਾਕੀ ਉਹਨੇ ਆਪਣਾ। ਹਾਂਜੀ, ਠੀਕ ਹੈ, ਥੈਂਕ ਯੂ। ਹਾਂਜੀ ਭਾਈ ਸਾਹਿਬ, ਤੁਹਾਡੀ ਫੈਮਿਲੀ ਪੂਰੀ ਹੈ, ਕੀ ਨਾਂ ਕੀ ਹੈ ਤੁਹਾਡਾ? ਅਸ਼ੋਕ ਮਹਿਤਾ, ਯਮੁਨਾ ਨਗਰ ਸੇ। ਓ ਵੈਰੀ ਗੁੱਡ, ਅਸ਼ੋਕ ਮਹਿਤਾ ਯਮੁਨਾ ਨਗਰ ਹਰਿਆਣਾ ਸੇ। ਹਾਂਜੀ ਹਾਂਜੀ, ਤੇ ਅੱਜ ਕੈਸੇ ਆਏ ਆਪ ਇਧਰ? ਅੱਜ ਬਸ ਬਾਬਾ ਜੀ ਕਾ ਬੁਲਾਵਾ ਆ ਗਿਆ ਜੀ ਇਧਰ, ਬੜੀ ਇੱਛਾ ਸੀ ਮਨ ਕੀ ਬਈ ਬਾਬਾ ਜੀ ਕੇ ਦਰਸ਼ਨ ਹੋ ਜੇ। ਵਾਹ ਵਾਹ, ਆਪਣਾ ਮਜੀਠੇ ਸਸੁਰਾਲ ਹੈ ਮੇਰੀ। ਅੱਛਾ ਅੱਛਾ, ਤੋ ਬਸ ਵੈਸੇ ਹੀ ਬੋਰਡ ਦੇਖਿਆ ਡੇਰਾ ਬਾਬਾ ਨਾਨਕ ਕਾ, ਬਾਬਾ ਜੀ ਕਾ ਨਾਮ ਸੁਣ ਕੇ ਬਸ ਰੁਕਾ ਨਹੀਂ ਜਾਤਾ ਜੀ ਕਹੀਂ ਵੀ। ਵਾਹ ਵਾਹ, ਬਹੁਤ ਖੁਸ਼ੀ ਕੀ ਬਾਤ ਹੈ, ਕਦਮ ਆਪਣੇ ਆਪ ਚੱਲ ਪੜਤੇ ਹਾਂ ਜੀ। ਵਾਹ ਵਾਹ, ਪਹਿਲੀ ਵਾਰ ਆਪ ਇਧਰ ਆਏ ਹੋ? ਇਧਰ ਕੱਲ ਅੰਮ੍ਰਿਤਸਰ ਗਏ ਤੇ ਜੀ, ਗੋਲਡਨ ਟੈਂਪਲ। ਅੱਛਾ ਅੱਛਾ, ਬਸ ਅੱਜ ਇਧਰ ਬਾਬਾ ਜੀ ਕੇ ਦਰਸ਼ਨ ਹੋ ਗਏ। ਹਾਂ ਹਾਂ, ਬਸ ਮੈਂ ਕਿਹਾ ਚਲੋ ਜੀ ਰੱਬ ਕੀ ਮਿਹਰ ਹੈ ਜੀ। ਬਹੁਤ ਅੱਛੀ ਗੱਲ, ਇਧਰ ਆਪਣੇ ਕਰਤਾਰਪੁਰ ਲਾਂਘਾ ਖੁੱਲ ਰਿਹਾ, ਸੜਕ ਵੀ ਬਣ ਰਹੀ, ਉਧਰ ਵੀ ਗਏ ਕਿ ਨਹੀਂ ਅਜੇ? ਨਾ, ਵੀ ਨਹੀਂ ਗਏ ਜੀ, ਅਭੀ ਨਹੀਂ ਗਏ, ਅਭੀ ਜਾਓਗੇ। ਚਲੋ, ਇਹ ਲਾਂਘਾ ਖੁੱਲ ਜਾਏਗਾ, ਇਹ ਲੋਕੀ ਗੁਰਦੁਆਰਾ ਸਾਹਿਬ ਉੱਧਰ ਜਾਣਗੇ ਪਾਕਿਸਤਾਨ ਦੇ, ਇਹਦੇ ਬਾਰੇ ਕੀ ਤੁਹਾਡੇ ਵਿਚਾਰ ਆ? ਬਹੁਤ ਵਧੀਆ ਹੈ ਜੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣਗੇ। ਹਾਂਜੀ, ਮਹਾਰਾਜ ਨੇ ਉੱਥੋਂ ਹੀ ਕਰਿਆ ਸੀ ਸ਼ੁਰੂ ਸਾਰਾ ਆਪਣਾ ਖੇਤੀਬਾੜੀ ਦਾ ਕੰਮ, ਨਾਮ ਕਿਰਤ ਕਰੋ, ਨਾਮ ਜਪੋ, ਵੰਡ ਜਗੋ ਦਾ ਸ਼ਬਦ ਜੀ, ਉਹਨਾਂ ਦੀ ਜੀਵਨੀ ਸੀ ਉਹ। ਹਾਂਜੀ ਹਾਂਜੀ, ਨਾਲ ਹੀ ਜੁੜੀ ਹੋਈ ਹੈ ਸਾਰੀ। ਹਾਂਜੀ ਹਾਂਜੀ, ਤੇ ਬਸ ਉਹਨਾਂ ਦਾ ਆਸ਼ੀਰਵਾਦ ਮਿਲੇ, ਬਾਕੀ ਆਪਣਾ ਰਲ ਮਿਲ ਕੇ ਰਹਿਣ ਜੀ, ਇੰਡੀਆ ਦੇ ਪਾਕਿਸਤਾਨ ਵਾਲੇ ਸਾਰੇ। ਬਹੁਤ ਅੱਛੀ, ਆਪਣਾ ਬਾਬਾ ਜੀ ਦਾ ਨਾਂ ਲਓ ਮਿਲ ਕੇ, ਸੰਗਤ ਨੂੰ ਨਾਲ ਨਾਮ ਜਪੋ ਤੇ ਜਪਾਓ। ਬਹੁਤ ਅੱਛੀ, ਉਹਨਾਂ ਦਾ ਇਹ ਸੰਦੇਸ਼ ਸੀ। ਬਿਲਕੁਲ, ਜਦੋਂ ਲਾਂਘਾ ਖੁੱਲ ਜਾਏਗਾ ਫਿਰ ਤੁਸੀਂ ਪਾਕਿਸਤਾਨ ਜਾਓਗੇ? ਬਿਲਕੁਲ ਜਾਣਗੇ ਜੀ, ਕਿਉਂ ਨਹੀਂ ਜਾਣਗੇ ਜੀ, ਮਹਾਰਾਜ ਦਾ ਹੁਕਮ ਹੋਏਗਾ ਜ਼ਰੂਰ ਜਾਣਗੇ। ਅੱਛਾ, ਬਹੁਤ ਅੱਛਾ ਲੱਗਾ ਤੁਹਾਨੂੰ ਮਿਲ ਕੇ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ।